ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸਾਜਿਦ ਵਿਰਕ। ਤੁਸੀਂ ਵੇਖ ਰਹੇ ਜੇ ਯੂਟਿਊਬ ਚੈਨਲ ਮੇਰਾ ਸਾਹੀਵਾਲ ਜੀ। ਜਿਵੇਂ ਕਿ ਹਰ ਰੋਜ਼ ਮੈਂ ਕੋਸ਼ਿਸ਼ ਕਰਨਾ ਵੀਰਾਂ ਵਾਸਤੇ ਜਨਾਬ ਅੱਛੇ ਤੇ ਖੂਬਸੂਰਤ ਜਾਨਵਰ ਦੀ ਵੀਡੀਓ ਲੈ ਕੇ ਆਉਣਾ ਵਾ। ਇਸੇ ਤਰ੍ਹਾਂ ਰੋਜ਼ ਦੀ ਨਿਸਬਤ ਅਸੀਂ ਵੀਰਾਂ ਵਾਸਤੇ ਇੱਕ ਜਾਨਵਰ ਦੀ ਵੀਡੀਓ ਲੈ ਕੇ ਆ ਜਾਣਾ ਜਾਂ ਵੇਟ ਕਰਾਂਗੇ ਹਰ ਰੋਜ਼ ਤਰ੍ਹਾਂ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਨੂੰ ਪਸੰਦ ਆ ਜੀ। ਇਸ ਤੋਂ ਪਹਿਲਾਂ ਤੁਹਾਨੂੰ ਜਾਨਵਰ ਦੀਆਂ ਤਸੱਲੀਆਂ ਕਰਾਈਏ। ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਨਾਲ ਲੈ ਕੇ ਬੈਲ ਆਈਕਨ ਨੂੰ ਕਰਨਾ ਪ੍ਰੈਸ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਵੀਰਾਂ ਦੋਸਤੋਂ ਤੱਕ ਪਹੁੰਚੇ। ਜਨਾਬ ਅੱਜ ਗਵਾਲ ਦੀ ਬੈਡ ਲੈ ਕੇ ਆਏ ਹਾਂ, ਤਾਜ਼ਾ ਸੂਈ ਹੈ, ਸਭ ਗੱਲਾਂ ਬਾਤਾਂ ਕਹਿੰਦਾ ਕਿ ਮਾਲਕਾਂ ਨਾਲ ਮੇਰਾ ਕੈਮਰਾ ਮੈਂ ਤੁਹਾਨੂੰ ਜਾਨਵਰ ਦੀਆਂ ਤਸੱਲੀਆਂ ਕਰਾਉਂਦਾ। ਜਾਨਵਰ ਮੇਰੇ ਵੀਰਾਂ ਦੋਸਤਾਂ ਦੇ ਸਾਹਮਣੇ ਜਨਾਬ ਤਾਜ਼ਾ ਸੂਈ ਹੈ, ਜੇਰ ਨਹੀਂ ਪਈ ਹੈ, ਸਭ ਤਸੱਲੀ ਕਰਾਵਾਂਗੇ ਮਾਲਕਾਂ ਤੋਂ। ਜਨਾਬ ਤੁਸੀਂ ਵੇਖ ਸਕਦੇ ਜੇ ਹਵਾਨੇ ਦੀ ਕੁਆਲਿਟੀ ਵੀ ਲਾਜਵਾਬ। VIP ਜਾਨਵਰ ਵੀਰਾਂ ਵਾਸਤੇ ਜਨਾਬ ਸਾਨੂੰ ਬੜਾ ਪਿਆਰਾ ਲੱਗਾ ਹੈ, ਮੱਝਾਂ ਵਾਲਾ ਥਣ, ਪਾਵਰ ਵਾਲਾ ਥਣ ਲੱਗਾ ਹੈ, ਵਿਰਲਾ ਜਾਨਵਰ ਦੀਆਂ ਪੂਰੀਆਂ ਇਨਸ਼ਾਅੱਲਾ ਅੱਜ ਬਹੁਤ ਮਕਬੂਲ ਤੇ ਮੁਹੱਬਤ ਵਾਲੇ ਰੇਟ ਹੋਣਗੇ। ਚਲੋ ਯਾਰ, ਮੇਰਾ ਜਾਨਵਰ ਵੀਰਾਂ ਵਾਸਤੇ ਲੈ ਕੇ ਆਏ ਹਾਂ ਭਾਈ ਮਕਬੂਲ ਰੇਟ ਤੇ ਇਨਸ਼ਾਅੱਲਾ। ਕੋਈ ਦੋਸਤ ਜੀ ਮੇਰੇ ਵਰਗੇ ਵੀਰ ਦੋਸਤ ਆਉਂਦੇ ਸੀ ਕੋਈ ਮਕਬੂਲ ਰੇਟ ਤੇ ਕੋਈ ਜਾਨਵਰ ਹੋਵੇ ਲੈ ਕੇ ਆਇਆ ਜੀ, ਇਨਸ਼ਾਅੱਲਾ ਦੇ ਫਤਲ ਨਾਲ ਅੱਜ ਬਹੁਤ ਹੀ ਪਿਆਰਾ ਵਾਲਾ ਤੇ ਮੁਹੱਬਤ ਨਾਲ ਰੇਟ ਕਰਾਂਗੇ। ਜੈਮਨ ਜਿਹੜੀ ਇਹ ਕ੍ਰਾਸ ਵੈੜ ਹੈ, ਉਸ ਤੋਂ ਬਾਅਦ ਗਵਾਲ ਦੀ ਵੈੜ ਹੈ, ਇਨਸ਼ਾਅੱਲਾ ਤਸੱਲੀਆਂ ਕਰਨੀਆਂ ਮੇਰੇ ਵੀਰਾਂ ਨੇ ਲੈਣੇ ਦੇਣੇ ਹਰ ਉਧਰ ਵੀ ਚੈੱਕ ਕਰਾਵਾਂਗੇ। ਪਿੱਛੇ ਜਨਾਬੇ ਦੀ ਵੱਛੀ ਹੈ, ਵੱਛੀ ਜਿਹੜੀ ਹੈ ਜਰਸੀ ਹੈ, ਵੱਛੀ ਬਣੀ ਜਰਸੀ ਵੱਛੀ ਮਾਸ਼ਾ ਇੱਕ ਨੀ ਇੱਕ ਦੀਆਂ ਦੋ ਨੇ ਹਾਂ। ਫਿਰ ਵੀ ਵੀਰਾਂ ਦੋਸਤਾਂ ਨੇ ਚੈੱਕ ਕਰਨਾ ਇੱਕ ਲੰਮਾ ਤੋਰੀਆਂ ਸਰ ਉਧਰੋਂ ਮੇਰੇ ਵੀਰਾਂ ਦੋਸਤਾਂ ਦੇ ਸਾਹਮਣੇ ਜਨਾਬ ਫੁੱਲ ਕ੍ਰਾਸ ਜਾਨਵਰ, ਗਰਮੀ ਨੂੰ ਫੇਸ ਕਰਨ ਵਾਲਾ, ਜਿਵੇਂ ਗਰਮੀ ਅੱਗੇ ਆ ਰਹੀ ਪਈ ਹੈ, ਇਨਸ਼ਾਅੱਲਾ ਇਹ ਗਰਮੀ ਨੂੰ ਫੇਸ ਕਰੇਗਾ, ਮੂੰਹ ਨਹੀਂ ਪੱਟੇਗਾ, ਜਾਨਵਰ ਜਿਹੜਾ ਦੁੱਧ ਦੀ ਪੈਦਾਵਾਰ ਵੀ ਘਟਾਵੇ ਨਿਵਾ ਪਏ। ਜਾਨਵਰ ਕੈਮਰੇ ਤੋਂ ਡਰਦਾ ਪਿਆ, ਐਸਾ ਸਿਆ ਤੁਹਾਨੂੰ ਫਿਰ ਵੀਰਾਂ ਨੇ ਚੈੱਕ ਕਰਨਾ ਜਨਾਬ ਕੈਮਰੇ ਦੇ ਅੰਦਰ ਦੇ ਸਾਹਮਣੇ ਹੈ। ਬਾਕੀ ਸਭ ਡਿਟੇਲ ਜਿਹੜੀ ਹੈ ਉਹ ਆਪਾਂ ਲੈ ਲਾਂਗੇ ਮਾਲਕਾਂ ਤੋਂ, ਥੱਲੇ ਮੇਰੇ ਵੀਰਾਂ ਦੋਸਤਾਂ ਨੇ ਕਰਨੀ ਹੈ। ਅੱਜ ਬੜੇ ਮੁਹੱਬਤ ਵਾਲੇ ਅਤੇ ਮੁਨਾਸਬ ਰੇਟ ਹੋਣ ਵਾਲੇ ਹੈ, ਅਤੇ ਮਰੇ ਮੇਰੇ ਵਰਗੇ ਜਨਾਬ ਕੋਈ ਕੰਮ ਅਪਰੋਚ ਰੱਖਣ ਵਾਲੇ ਕੰਮ ਕੀਮਤ ਭਰਨ ਵਾਲੇ ਅਤੇ ਉਹਨਾਂ ਵਾਸਤੇ ਜਨਾਬ ਜਾਨਵਰ ਲੈ ਕੇ ਆਉਂਦਾ ਹੈ। ਬਾਕੀ ਸਭ ਜਿਹੜੀ ਡਿਟੇਲ ਹੈ ਉਹ ਲੈ ਲੈਂਦੇ ਹਾਂ ਕਰ ਲੈਣੀ ਜਾਨਵਰ ਦੀ ਜਾਨਵਰ ਦੀ ਜਨਾਬ ਵੀਰਾਂ ਨੇ ਕਰ ਲਈ ਤਸੱਲੀ, ਬਾਕੀ ਮਾਲਕ ਤੋਂ ਡਿਟੇਲ ਲੈ ਲੈਂਦੇ ਹਾਂ। ਭਾਈ ਸਾਹਮਣੇ ਨਹੀਂ ਆਉਣਾ ਚਾਹੁੰਦੇ ਕੈਮਰੇ ਦੇ ਤੇ ਆਪਾਂ ਸਾਰੀ ਗੱਲਬਾਤ ਕਰ ਲੈਂਦੇ ਹਾਂ। ਆਓ ਸਰ ਨਜ਼ਦੀਕ ਆ ਜਾਓ। ਅਸਲਾਮ ਅਲੈਕੁਮ ਭਾਈ ਜਾਨ। ਵਾਲੇਕੁਮ ਸਲਾਮ ਭਾਈ ਜਾਨ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਅਲਹਮਦੁਲਿਲਾ ਭਾਈ ਜਾਨ। ਭਾਈ ਜਾਨ ਜਿਹੜਾ ਆਪਣਾ ਜਾਨਵਰ ਹੈ ਚੈਨ ਮਨ ਕਿਵੇਂ ਸੂਏ ਹੈ, ਪੱਕੀ ਗੱਲ ਕਰਨੀ ਹੈ ਭਾਈ ਜਾਨ। ਮੂੰਹ ਜੋ ਛਿੱਗੀ ਹੈ ਪਹਿਲਾਂ ਵੈਣ, ਮੂੰਹ ਜੋ ਛਿੱਗੀ ਤੇ ਪਹਿਲਾਂ ਵੈਣ। ਅੱਛਾ ਜੀ, ਜੇਰ ਪੈ ਗਈ ਹੈ? ਨਹੀਂ, ਜੇਰ ਪੈਣ ਵਾਲੀ, ਜੇਰ ਪੈਣ ਵਾਲੀ। ਚੁਆਈ ਕੋਈ ਕੀਤੀ ਥੋੜੀ ਬੋਤੀ ਤੇ ਕੋਈ ਨਹੀਂ ਕੀਤੀ? ਨਹੀਂ, ਐਵੇਂ ਝੂਠ ਆਪਾਂ ਗੱਲ ਕਰਦੇ ਨਹੀਂ ਨਹੀਂ ਕਰਦੇ। ਚੁਆਈ ਹੈ ਜੇ ਜੇਰ ਕਰਨ ਵਾਲੀ ਭਾਈ ਜਾਨ, ਚੁਆਈ ਕਰਨ ਨੂੰ ਘੰਟਾ ਇੱਕ ਘੰਟਾ ਕੋਈ 25 ਮਿੰਟ ਹੋਏ ਨੇ। ਠੀਕ, ਡੇਢ ਘੰਟਾ ਹੋ ਗਿਆ ਸੂਈ ਨੂੰ। ਹਾਂ ਤਕਰੀਬਨ। ਜਿਹੜੀ ਪਿੱਛੇ ਬੱਚੀ ਹੈ ਇਹ ਜਨਾਬ ਜਰਸੀ ਹੈ? ਜਰਸੀ ਤੇ ਫਰੀਜ਼ਨ ਦਾ ਕ੍ਰਾਸ ਹੈ, ਯਾਨੀ ਕਿ ਜਰਸੀ ਦਾ ਤੇ ਸਾਹੀਵਾਲ ਦਾ ਕ੍ਰਾਸ ਹੈ। ਉਹ ਬੱਚੀ ਦੇ ਕੰਨ ਛੋਟੇ ਛੋਟੇ ਬਿਲਕੁਲ ਵੀ ਉਹ ਸਾਬਤ ਕਰਾਉਂਦੇ ਜਰਸੀ ਦਾ ਕ੍ਰਾਸ। ਜਿਹੜਾ ਜਾਨਵਰ ਹੈ ਇਹ ਕਿਹੜਾ ਕ੍ਰਾਸ ਬਣਦਾ ਹੈ? ਫਰੀਜ਼ੀਅਨ ਚਲੋਸਤਾਨੀ ਕ੍ਰਾਸ, ਸਾਈਵਾਲ? ਭਾਈ ਜਾਨ, ਸਾਈਵਾਲ ਤੇ ਫਰੀਜ਼ੀਅਨ ਦਾ ਕ੍ਰਾਸ ਹੈ। ਸਾਈਵਾਲ ਜ਼ਿਆਦਾ ਹਲਕਾ ਜਿਹਾ ਟੱਚ, ਯਾਨੀ ਕਿ ਇਹਦੇ ਵਿੱਚ ਫਰੀਜ਼ੀਅਨ ਦਾ ਸਹੀ ਹੋ ਗਿਆ। ਅੱਛਾ, ਕਿੰਨਾ ਕੁ ਦੁੱਧ ਕਰੇਗੀ ਅੰਦਾਜ਼ਾ?
ਦੁੱਧ ਭਾਈ ਜਾਨ ਪਾਏ ਦਾ ਤੇ ਨਸੀਬ ਦਾ ਹੁੰਦਾ, ਬਾਕੀ ਇਹ 15-16 ਸਿਰ ਬੈਠ ਪਹਿਲਾਂ ਹੋ ਕੇ ਛੱਡ ਦੇਣੀ। 15-16 ਸਿਰ ਕਰੇਗੇ ਆਰਾਮ ਨਾਲ, ਗਰਮੀ ਗੁਰਮੀ ਤਾਂ ਨਹੀਂ ਕਰਦੀ, ਮੂੰਹ ਇਹਦਾ ਮੂੰਹ ਪੱਟੀ ਰੱਖੇ ਭਾਜੀ, ਇਹ ਗਰਮੀ ਵਾਲੀ ਹੈ ਹੀ ਨਹੀਂ, ਭਾਵੇਂ ਧੁੱਪੇ ਬੰਨੀ ਰੱਖੋ, ਧੁੱਪੇ ਬੰਨੀ ਰੱਖੋ, ਮੱਝਾਂ ਵਾਲਾ ਸਾਹਿਬ ਮੱਝਾਂ ਗਰਮੀ ਕਰ ਸਕਦੀਆਂ, ਗਰਮੀ ਚ ਜਾ ਨਹੀਂ ਕਰ ਸਕਦੇ। ਅੱਛਾ ਠੀਕ ਹੋ ਗਿਆ। ਅੱਛਾ ਜੇ ਹੁਣ ਇਹਦਾ ਮੁੱਲ ਕੀ ਹੈ? ਜਨਾਬ ਤੁਸੀਂ ਡਿਮਾਂਡ ਸੁਣ ਲਈ ਹੈ, ਕੋਈ ਵੀ ਵੀਰ ਦੋਸਤ ਸਾਡਾ ਜਾਨਵਰ ਖਰੀਦਣਾ ਚਾਹੁੰਦਾ, ਸਾਡਾ ਵਟਸਐਪ ਨੰਬਰ ਨੋਟ ਕਰ ਲਓ 0322-7087-633, ਫਿਰ ਨੋਟ ਕਰ ਲਓ 0322-7087-633, ਇਹ ਸਾਡਾ ਜਨਾਬ ਰਾਬਤਾ ਨੰਬਰ ਹੈ, ਇਹ ਸਾਡਾ ਵਟਸਐਪ ਨੰਬਰ। ਕੱਲ੍ਹ ਇੱਕ ਨਵੀਂ ਵੀਡੀਓ ਦੇ ਨਾਲ ਫਿਰ ਹਾਜ਼ਰ ਹੋਵਾਂਗੇ, ਉਦੋਂ ਤੱਕ ਆਪਦੇ ਮੇਜ਼ਬਾਨ ਸਾਜਰ ਦਿੰਦੋ ਜਾਇਦਾ।